अज पंजाब सरकार वालों बड़े देर की मंग सी दराहे शहर अंदर जो थाना सी वो मेन बाजार विच सी उत्थे लोगों को आने जाने की मुश्किल या जिहड़ा एक्सीडेंटल केसां दी गड्डियां उत्थे खड़ियां रहिंदियां सी वह बड़ी मुश्किल आउंदी सी पर पंजाब सरकार ने लोगों की मंग नूं देखदे होए इलाके की मंग नूं देखदे होए एक वधिया थाने की बिल्डिंग बनाउण लई जिहड़ा अज फैसला किया मैं पंजाब सरकार का पुलिस कारपोरेशन का धन्नवाद करदा जिहदी कीमत 2,68,00,000 रुपये ते 1 साल दे विच ਇਹ ਕੰਪਲੀਟ ਹੋ ਕੇ ਲੋਕਾਂ ਨੂੰ ਸਪੁਰਦ ਹੋ ਜੂ ਜਿਹਦੇ ਵਿੱਚ ਸਾਡੇ ਮੁਲਾਜ਼ਮਾਂ ਦੀ ਜਿਹੜੀ ਬਹੁਤ ਆਦ ਵਧੀਆ ਗਿਣਤੀ 'ਚ ਅਤੇ ਉਹਨਾਂ ਦੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਊਗਾ ਤਕਰੀਬਨ ਆਪਣਾ ਜਿਹੜਾ ਦਰਾਹਾ ਥਾਣਾ ਸੀਗਾ ਬੜੇ ਦੇਰ ਤੋਂ ਪੈਂਡਿੰਗ ਸੀਗੀ ਬਾਜ਼ਾਰ ਦੇ ਵਿੱਚ ਸੀਗਾ ਜਗ੍ਹਾ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਸੀਗੀ ਅਤੇ ਇਹਨਾਂ 2 ਏਕੜ ਦੇ ਵਿੱਚ ਤਕਰੀਬਨ 2 ਏਕੜ ਦੇ ਵਿੱਚ ਥਾਣਾ ਬਣ ਰਿਹਾ ਹੈਗਾ ਜਿਹੜਾ ਤਕਰੀਬਨ 2 ਤੋਂ 2.25 ਕਰੋੜ ਦੀ ਲਾਗਤ ਆਏਗੀ ਅਤੇ 1 ਸਾਲ ਦੇ ਵਿੱਚ ਕੰਪਲੀਟ ਹੋਏਗਾ ਲੋਕਾਂ ਨੂੰ ਵੀ ਇਹਦੀ ਬਹੁਤ ਫਾਇਦਾ ਹੋਊਗਾ ਕਿਉਂਕਿ ਬਾਜ਼ਾਰ ਦੇ ਵਿੱਚ ਜਗ੍ਹਾ ਦੀ ਘਾਟ ਕਰਕੇ ਥਾਣਾ ਬਹੁਤ ਛੋਟਾ ਸੀਗਾ ਅਤੇ ਉੱਥੇ ਆਉਣਾ ਜਾਣਾ ਕਰਨਾ ਬਹੁਤ ਮੁਸ਼ਕਿਲ ਸੀ ਅਤੇ ਉੱਥੇ ਮੁਲਾਜ਼ਮਾਂ ਦੀ ਠਹਿਰ 'ਤੇ ਵੀ ਬਹੁਤ ਔਖ ਸੀਗੀ ਉਹਨਾਂ ਥਾਣਾ ਨਵਾਂ ਬੰਨ ਕਰਕੇ ਮੁਲਾਜ਼ਮਾਂ ਦੀ ਵੀ ਠਹਿਰ ਵੀ ਇੱਥੇ ਚੰਗੀ ਬਣ ਜਾਏਗੀ ਅਤੇ ਜਿਹੜਾ ਮਾਲ ਮੁਕੱਦਮਾ ਜਿਹੜਾ ਸੜਕਾਂ 'ਤੇ ਪਿਆ ਹੁੰਦਾ ਸੀਗਾ ਉਹ ਵੀ ਉੱਥੋਂ ਚੱਕ ਕੇ ਆ ਥਾਣੇ ਉੱਤੇ ਰੱਖਿਆ ਜਾਊਗਾ ਤਕਰੀਬਨ ਜੀ ਹੁਣ 1 ਸਾਲ ਦੇ ਵਿੱਚ ਕਹਿੰਦੇ ਆ ਕਿ ਮੁਕੰਮਲ ਹੋ ਜਾਏਗਾ ਨੈਕਸਟ ਜਿਹੜੀ ਜਨਵਰੀ ਤੱਕ ਜਿਹੜੀ 2022 ਹੈਗੀ ਆ ਉੱਥੇ ਮੁਕੰਮਲ ਹੋ ਜਾਏਗਾ ਥਾਣਾ ਵਾਲਾ ਹੋਰ ਕਿੰਨੇ ਥਾਣੇ ਤਿਆਰ ਹੋ ਰਹੇ ਨੇ ਖਾਨਾਪੁਰੇ ਜ਼ਿਲ੍ਹੇ ਦੇ ਵਿੱਚ ਸਾਡੇ ਜੀ ਇੱਕ ਆਪਣੇ ਮਲੌਦ ਦੇ ਵਿੱਚ ਥਾਣਾ ਹੈਗਾ ਆਲਮੋਸਟ ਕੰਪਲੀਸ਼ਨ 'ਤੇ ਹੀ ਹੈਗਾ ਉਹ ਤਕਰੀਬਨ 2-4 ਮਹੀਨੇ 'ਚ ਉਹਦੀ ਹੋ ਜਾਏਗੀ ਆਪਣੇ ਸਾਨੂੰ ਹੈਂਡਓਵਰ ਹੋ ਜਾਏਗਾ ਇੱਕ ਸਿਟੀ 1 ਥਾਣਾ ਹੈਗਾ ਉਹ ਵੀ ਆਲਮੋਸਟ ਕੰਪਲੀਸ਼ਨ 'ਤੇ ਹੈ ਉਹਦਾ ਵੀ ਤਕਰੀਬਨ 3-4 ਮਹੀਨੇ ਵਿੱਚ ਕੰਪਲੀਟ ਹੋ ਜਾਏਗਾ ਅਤੇ ਹੁਣ ਸਾਡਾ ਇੱਕ ਹੋਰ ਨਵਾਂ ਪ੍ਰਪੋਜ਼ਲ ਹੈਗਾ ਸਿਟੀ 2 ਥਾਣੇ ਲਈ ਉਹਦੇ ਲਈ ਅਸੀਂ ਜਗ੍ਹਾ ਲੱਭ ਰਹੇ ਹੈਗੇ ਹਾਂ ਜਦੋਂ ਜਗ੍ਹਾ ਲੱਭ ਜਾਏਗੀ ਤਾਂ ਉੱਥੇ ਵੀ ਨਵੀਂ ਉਸਾਰੀ ਸ਼ੁਰੂ ਹੋ ਜਾਏਗੀ ਥਾਣੇ ਦੀ ਇੱਥੇ